ਹਲੋ ਫਰੈਂਡਸ ਮੇਰੇ ਚੈਨਲ ਦੇ ਉੱਪਰ ਤੁਹਾਡਾ ਸਵਾਗਤ ਹੈ ਅੱਜ ਦੇ ਟੌਪਿਕ ਦੇ ਵਿੱਚ ਅਸੀਂ ਕਿਸੇ ਐਂਗਲ ਦਾ ਬਾਈਸੈਕਟਰ ਡਰਾ ਕਰਨਾ ਸਿੱਖਾਂਗੇ ਪੰਜਾਬੀ ਦੇ ਵਿੱਚ ਅਸੀਂ ਕਿਸੇ ਕੋਣ ਦਾ ਸਮਦੁਭਾਜਕ ਖਿੱਚਣਾ ਵੀ ਬੋਲਦੇ ਹਾਂ ਸੋ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਲੇਟੈਸਟ ਵੀਡੀਓਜ਼ ਦੇ ਅਪਡੇਟ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਕੁਐਸਚਨ ਸਟਾਰਟ ਕਰਦੇ ਆਪਾਂ ਸੋ ਪਹਿਲਾਂ ਅਸੀਂ ਸਕੇਲ ਦੀ ਹੈਲਪ ਦੇ ਨਾਲ ਕੋਈ ਵੀ ਐਂਗਲ ਕੋਣ ਜਿਹੜਾ ਹੈ ਉਹ ਡਰਾ ਕਰ ਲੈਨੇ ਆ ਤੇ ਇਸ ਨੂੰ ਫਿਰ ਅਸੀਂ ਬਾਈਸੈਕਟ ਕਰਾਂਗੇ ਇਸ ਦਾ ਹਾਫ ਕਰਾਂਗੇ ਸੋ ਸੁਪੋਜ਼ ਇਹ ਸਭ ਮੇਰੇ ਪਾਸ ਇੱਕ ਐਂਗਲ ਹੈ ਐਂਗਲ A O B ਇਹ ਮੈਂ ਸਕੇਲ ਦੀ ਹੈਲਪ ਦੇ ਨਾਲ ਕਿਸੇ ਵੀ ਮਾਪ ਦਾ ਕੋਈ ਵੀ ਕਿਸੇ ਵੀ ਡਿਗਰੀ ਦਾ ਐਂਗਲ ਮੈਂ ਡਰਾ ਕਰ ਲਿਆ ਸੋ ਇਸ ਨੂੰ ਮੈਂ ਬਾਈਸੈਕਟ ਕਰਨਾ ਹੈ ਇਸ ਦੇ ਲਈ ਮੈਂ ਕੰਪਾਸ ਲਾਵਾਂਗਾ ਸੋ ਕੰਪਾਸ ਨੂੰ ਤੁਸੀਂ ਆਪਣੀ ਮਰਜ਼ੀ ਦੇ ਅਨੁਸਾਰ ਖੋਲਣਾ ਹੈ ਬਹੁਤ ਜ਼ਿਆਦਾ ਨਹੀਂ ਤੇ ਬਹੁਤ ਘੱਟ ਨਹੀਂ ਸੋ ਸਭ ਤੋਂ ਪਹਿਲਾਂ ਇਸ ਨੂੰ ਪੁਆਇੰਟ O ਦੇ ਉੱਤੇ ਪਲੇਸ ਕਰਨਾ ਹੈ ਤੇ ਇੱਕ ਚਾਪ ਲਗਾਣੀ ਹੈ ਆਰਕ ਲਗਾਣੀ ਹੈ ਜਿਹੜੀ ਐਂਗਲ ਦੀਆਂ ਦੋਵੇਂ ਜਿਹੜੀਆਂ ਆਰਮਸ ਨੇ ਬਾਹਾਂ ਨੇ ਉਹਨੂੰ ਕੱਟਦੀ ਚਾਹੀਦੀ ਹੈ ਸੋ ਮੈਂ ਬੜੀ ਪ੍ਰੈਸਾਈਸਲੀ ਬੜੇ ਧਿਆਨ ਦੇ ਨਾਲ ਇਹ ਆਰਕ ਲਗਾ ਲੈਣਾ ਸੋ ਇਹ ਦੋਵੇਂ ਜੋ ਭੁਜਾਵਾਂ ਨੇ कोण ਦੀਆਂ ਆਰਮਸ ਨੇ ਇਸ ਨੂੰ ਕੱਟ ਰਹੀ ਹੈ ਦੋ ਪੁਆਇੰਟਾਂ ਤੇ ਸਪੋਜ਼ ਮੈਂ ਇਹਨਾਂ ਦਾ ਨਾਮ ਰੱਖ ਲੈਣਾ ਹੈ ਪੁਆਇੰਟ P ਐਂਡ ਪੁਆਇੰਟ Q ਸੋ ਹੁਣ ਮੈਂ ਫਿਰ ਤੋਂ ਕੰਪਾਸ ਲਾਵਾਂਗਾ ਤੇ ਕੰਪਾਸ ਦੀ ਜਿਹੜੀ ਮੈਂ ਚੜਾਈ ਹੈ ਜ ਜੁਨਾ ਮੈਂ ਓਪਨ ਕੀਤਾ ਸੀ ਉਸ ਨੂੰ ਚੇਂਜ ਨਹੀਂ ਕੀਤਾ ਹੈ ਤੇ ਪੁਆਇੰਟ ਪੀ ਤੇ ਉੱਪਰ ਰੱਖ ਕੇ ਇਸ ਨੂੰ ਉੱਪਰ ਵੱਲ ਇੱਕ ਹੋਰ ਚਾਪ ਆਰਕ ਲਗਾ ਦਾਂਗਾ ਤੇ ਇਸੇ ਤਰ੍ਹਾਂ ਸੇਮ ਸਟੈਪ ਮੈਂ ਪੁਆਇੰਟ ਕਯੂ ਦੇ ਉੱਪਰ ਰੱਖ ਕੇ ਰਿਪੀਟ ਕਰਾਂਗਾ ਇੱਕ ਚਾਪ ਉੱਪਰ ਵੱਲ ਬਿਨਾ ਕੰਪਾਸ ਦੀ ਜਿਹੜੀ ਚੜਾਈ ਹੈ ਉਸ ਨੂੰ ਚੇਂਜ ਕੀਤੇ ਸੋ ਪਹਿਲਾਂ ਵਾਲੀ ਆਰਕ ਨੂੰ ਕੱਟ ਕਰ ਦੇ ਚਾਹੀਦੀ ਹੈ ਸੋ ਇਸ ਪੁਆਇੰਟ ਨੂੰ ਮੈਂ ਪੁਆਇੰਟ ਓ ਦੇ ਨਾਲ ਮਿਲਾਵਾਂਗਾ ਤੇ ਇਹ ਸਾਡਾ ਜੋ ਬਾਈਸੈਕਟਰ ਐਂਗਲ ਬਾਈਸੈਕਟਰ ਹੈ ਉਹ ਸਾਡਾ ਤਿਆਰ ਹੋ ਗਿਆ। ਸੋ ਕੋਣ ਦਾ ਸਮਦੁਭਾਜਕ ਸੋ ਇਸ ਦੇ ਨਾਲ ਅਸੀਂ ਵੱਖ-ਵੱਖ ਐਂਗਲਸ ਜਿਹੜੇ ਨੇ ਉਹ ਡਰਾ ਕਰ ਸਕਦੇ ਹਾਂ। ਸੋ ਜੋ ਐਂਗਲ ਬਾਈਸੈਕਟਰ ਹੁੰਦਾ ਹੈ ਕੋਣ ਦਾ ਸਮਦੁਭਾਜਕ ਹੁੰਦਾ ਹੈ ਉਹ ਕਿਸੇ ਵੀ ਐਂਗਲ ਨੂੰ ਦੋ ਬਰਾਬਰ ਦੋ ਇਕੁਅਲ ਪਾਰਟਸ ਦੇ ਵਿੱਚ ਡਿਵਾਈਡ ਕਰ ਦਿੰਦਾ ਹੈ ਬਰਾਬਰ ਭਾਗਾਂ ਦੇ ਵਿੱਚ ਵੰਡ ਦਿੰਦਾ ਹੈ। ਸੋ ਜੇਕਰ ਤੁਹਾਡਾ ਕੋਈ ਵੀ ਡਾਊਟ ਹੈ ਕੋਈ ਤੁਹਾਡੀ ਕੁਐਰੀ ਹੈ ਤਾਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਜ਼ਰੂਰ ਕਰੋ ਜੇਕਰ ਵੀਡੀਓ ਅੱਛੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਹੋਰ ਵੀ ਵਧੀਰੇ ਵੀਡੀਓਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਤੇ ਆਉਣ ਲਈ ਧੰਨਵਾਦ